ਵਾਹਿਗੁਰੂ ਜੀ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥੋਂ ਨਹੀਂ ਜਿਸ ਪਹਿ ਕਰੋਂ ਬਿਨੰਤੀ ਮੇਰਾ ਦੁੱਖ ਸੁੱਖ ਤੁਝੀ ਮੇਰਾ ਦੁੱਖ ਸੁੱਖ ਤੁਝੀ ਪਾਸ ਹਰ ਦਰਸ਼ਨ ਕੀ ਆਸਾ ਮੇਰੇ ਮਨ ਦਰਸ਼ਨ ਕੀ ਹਰ ਦਰਸ਼ਨ ਕੀ ਆਸਾ ਮੇਰੇ ਮਨ ਦਰਸ਼ਨ ਕੀ ਦਰਸ਼ਨ ਕੀ ਆਸਾ ਮੇਰੇ ਮਨ ਦਰਸ਼ਨ ਕੀ ਹਰ ਦਰਸ਼ਨ ਕੀ ਆਸਾ ਮੇਰੇ ਮਨ ਦਰਸ਼ਨ ਕੀ ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ ਮੇਰੇ ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ ਮੇਰੇ ਮਨ ਆ ਜਾ ਮੇਰੇ ਨਾਨਾ ਹਰ ਦਰਸ਼ਨ ਆ ਜਾ ਮੇਰੇ
ਹਰ ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ ਕੀ ਆਸਾ ਮੇਰੇ ਮਨ, ਦਰਸ਼ਨ ਕੀ ਆਸਾ ਮੇਰੇ ਮਨ, ਦਰਸ਼ਨ ਕੀ ਹਰ ਦਰਸ਼ਨ ਕੀ ਆਸਾ ਮੇਰੇ ਮਨ, ਦਰਸ਼ਨ ਕੀ ਭਾਈ ਨਿਹਾਰੇ ਕਾਮਨੀ ਲੋਚਨ ਲੋਚਨ ਭਰੀ ਲੇ ਗੁੱਸਾ ਸਾ ਉਰਨਾ ਭੀਜੈ ਪਗ ਨਾ ਖਿਸੈ, ਉਰਨਾ ਭੀਜੈ ਪਗ ਨਾ ਖਿਸੈ, ਮਨ ਹਰ ਦਰਸ਼ਨ ਕੀ ਆਸਾ ਉਡੋ, ਉਡੋ ਨਾ ਗਾਗਾ ਕਰੇ, ਬੇਗਮਲੀ ਜੈ ਬੇਗਮਲੀ ਜੈ ਆਪਣੇ ਰਾਮ ਪਿਆਰੇ, ਕਹਿਤ ਕਬੀਰ ਕਹਿਤ ਕਬੀਰ ਜੀਵਨ ਪਦ ਕਾਰਨ, ਹਰ ਕੀ ਭਗਤ ਕਰੀ ਜੈ, ਏਕ ਆਧਾਰ ਨਾਮ ਨਰੈਣ, ਰਸਨਾ ਰਾਮ ਰਵਿਜੈ,
ਮਿਲਣ ਦੀਆਂ ਤਾਂਗਾਂ ਸੀ, ਮਿਲਿਆ ਨੀ ਪ੍ਰੀਤਮ ਪਿਆਰਾ, ਮਿਲਣ ਦੀਆਂ ਤਾਂਗਾਂ ਸੀ, ਮਿਲਿਆ ਨੀ ਪ੍ਰੀਤਮ ਪਿਆਰਾ। ਮਿਲਿਆ ਨੀ ਪ੍ਰੀਤਮ ਪਿਆਰਾ, ਮਿਲਿਆ ਨੀ ਪ੍ਰੀਤਮ ਪਿਆਰਾ, ਹਾਂ ਮਿਲਿਆ ਨੀ ਪ੍ਰੀਤਮ ਪਿਆਰਾ, ਮਿਲਿਆ ਨੀ ਪ੍ਰੀਤਮ ਪਿਆਰਾ। ਮਿਲਣ ਦੀਆਂ ਤਾਂਗਾਂ ਸੀ, ਮਿਲਿਆ ਨੀ ਪ੍ਰੀਤਮ ਪਿਆਰਾ, ਮਿਲਣ ਦੀਆਂ ਤਾਂਗਾਂ ਸੀ, ਮਿਲਿਆ ਨੀ ਪ੍ਰੀਤਮ ਪਿਆਰਾ। ਜਹਾਨ ਬਾਲੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਆਪ ਕਾਫੀ ਲੰਮੇ ਸਮੇਂ ਤੋਂ ਗੁਰਮੁਖਾਂ ਪਾਸੋਂ ਹਰੀ ਜਸ ਸਰਵਣ ਕੀਤਾ ਹੈ। ਸ਼ਾਂਤੀ ਦਾ ਸਬੂਤ ਦਿਓ, ਕਿਸੇ ਦੀ ਆਵਾਜ਼ ਨਹੀਂ ਆਉਣੀ ਚਾਹੀਦੀ। ਭਾਗਾਂ ਦੇ ਨਾਲ ਸਤਸੰਗ ਦੀਆਂ ਕੜੀਆਂ ਨਸੀਬ ਹੁੰਦੀਆਂ ਨੇ। ਜੇ ਇਹ ਵੀ ਅਸੀਂ ਇਸੇ ਗੱਲ ਵਿੱਚ ਲੰਘਾ ਦਿੱਤੀ ਵੀ ਕੌਣ ਆਇਆ, ਕੌਣ ਛਲਿਆ ਗਿਆ, ਕੀ ਤਰ ਗਿਆ, ਕੀ ਚੱਕ ਕੇ ਲੈ ਗਿਆ, ਫਿਰ ਅਸੀਂ ਜਿਸ ਵਸਤੂ ਦੇ ਵਾਸਤੇ ਇੱਥੇ ਆਏ ਹਾਂ ਉਹ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ। ਮਲ ਬਖਸ਼ੇਪ ਤੇ ਅਵਰਨ ਤਿੰਨ ਦੋਸ਼ ਲੱਗੇ ਨੇ ਜੀਵਾਤਮਾ ਨੂੰ। ਅਵਰਨ ਮੈਂ ਹੋਰਾਂ ਰੱਬ ਹੋਰ ਹੈ ਚੰਚਲਤਾਈ ਬਖਸ਼ੇਪਤਾ, ਭਜਨ ਕਰਦੇ ਆ ਮਨ ਨਹੀਂ ਲੱਗਦਾ, ਬੁਰੇ ਬੁਰੇ ਫੁਰਨੇ ਮਨ ਅਠਾਈ ਜਾਂਦਾ। ਇਹਨਾਂ ਨੂੰ ਟਿਕਾਉਣ ਦੇ ਵਾਸਤੇ ਕ੍ਰਿਸ਼ਨ ਜੀ ਆਖਦੇ ਨੇ, ਹੇ ਅਰਜਨ ਸੰਕਲਪ ਵਿਕਲਪ ਹੀ ਮਨ, ਮਨ ਦਾ ਸਰੂਪ ਕੀ ਹੈ? ਕਹਿਤਾ ਅਸੀਂ ਵੀ ਦਿੰਦੇ ਹਾਂ ਮੇਰਾ ਮਨ ਨਹੀਂ ਲੱਗਦਾ,
ਪਰ ਮਨ ਸਾਨੂੰ ਹੈ ਨਹੀਂ ਪਤਾ ਵੀ ਮਨ ਕੀ ਹੈ ਤੇ ਮਨ ਸਰੀਰ ਦੇ ਅੰਦਰ ਰਹਿੰਦਾ ਕਿੱਥੇ ਹੈ। ਇਹ ਵਸਤੂ ਜਿਹੜੇ ਪਹੁੰਚੇ ਹੋਏ ਮਹਾਂਪੁਰਸ਼ ਹੋਣ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਅਭਿਆਸ ਕੀਤਾ ਹੋਵੇ, ਜਿਨ੍ਹਾਂ ਨੂੰ ਇਉਂ ਹੱਥ ਤੇ ਜਿਵੇਂ ਔਲਾ ਪਿਆ ਦੀਂਦਾ ਹੁੰਦਾ ਹੈ। ਸੰਤ ਮਹਾਰਾਜ ਜੀ ਰਾੜੇ ਸਾਹਿਬ ਵਾਲੇ ਇੱਕ ਬਚਨ ਕਰਦੇ ਹੁੰਦੇ, ਜਿਨ੍ਹਾਂ ਦਾ ਨਾਂ ਲੈਣ ਦੇ ਨਾਲ ਹੀ ਰਸ਼ਨਾ ਪਵਿੱਤਰ ਹੋ ਜਾਂਦੀ ਹੈ, ਵੀ ਰੱਬ ਇਉਂ ਦੀਂਦਾ ਜਿਵੇਂ ਹੱਥ ਤੇ ਔਲਾ ਪਿਆ ਹੁੰਦਾ। ਹੁਣ ਤਾਂ ਬਹੁਤ ਪ੍ਰਚਾਰ ਹੋ ਰਿਹਾ, ਕਹਿੰਦੇ ਦੇਖਣ ਵਾਲੀ ਚੀਜ਼ ਇਹ ਨਹੀਂ ਮਹਿਸੂਸ ਕਰਨ ਵਾਲੀ ਹੈ। ਪਰ ਮਹਾਰਾਜ ਕਹਿੰਦੇ ਹਰ ਦਰਸ਼ਨ ਪਾਇਆ, ਹਰੀ ਦਾ ਦਰਸ਼ਨ ਪਾਇਆ ਹੈ ਉਹਦੇ ਪਿਆਰਿਆਂ ਨੇ, ਕੀ ਧੰਨੇ ਭਗਤ ਦੇ ਸਾਹਮਣੇ ਨਹੀਂ ਆ ਕੇ ਬੈਠਿਆ ਹੈ, ਉਹਨੇ ਮਹਿਸੂਸ ਨਹੀਂ ਕੀਤਾ ਵੀ ਬੈਠਿਆ ਹੈ, ਭੋਜਨ ਛਕਾਇਆ ਹੈ, ਹਲਟ ਵੀ ਹੱਕੇ ਨੇ, ਗਊਆਂ ਵੀ ਚਾਰੀਆਂ ਨੇ, ਨਾਮਦੇਵ ਦੀ ਛੱਪਰੀ ਵੀ ਬੰਨੀ ਹੈ, ਬਹਿਣੀ ਭਗਤ ਦੇ ਕਿਤਨੇ ਕਾਰਜ ਕੀਤੇ ਨੇ। ਉਹ ਪਹਿਲਾਂ ਵੀ ਆਉਂਦਾ ਸੀ, ਉਹ ਹੁਣ ਵੀ ਆਉਂਦਾ, ਉਹ ਅੱਗੇ ਨੂੰ ਵੀ ਆਉਂਦਾ ਰਹੇਗਾ। ਪਰ ਉਹ ਕਦ ਆਉਂਦਾ? ਜਦ ਸਾਰਾ ਕੁਛ ਉਸ ਦੇ ਅਰਪਣ ਕਰ ਦੇਈਏ, ਤਨ ਵੀ ਤੇਰਾ, ਮਨ ਵੀ ਤੇਰਾ ਤੇ ਤਨ ਵੀ ਤੇਰਾ। ਕਹਿੰਦੇ ਤਾਂ ਅਸੀਂ ਵੀ ਆ, ਪਰ ਸਾਨੂੰ ਸਾਡਾ ਜਿਹੜਾ ਕਹਿਣਾ ਹੈ ਉਹ ਇੱਕ ਜਵਾਨ ਦੇ ਨਾਲ ਬੋਲਣ ਵਾਲੀ ਗੱਲ ਹੈ। ਗਲੀ ਹੋ ਸੁਹਾਗਣ ਪੈਣੇ, ਕੰਤ ਨਾ ਕਬਹੂੰ ਮੈਂ ਮਿਲਿਆ। ਮਹਾਰਾਜ ਆਖਦੇ ਹੁੰਦੇ ਰਾੜੇ ਸਾਹਿਬ ਵਾਲੇ, ਰੱਬ ਇਉਂ ਦੀਂਦਾ ਜਿਵੇਂ ਹੱਥ ਤੇ ਔਲਾ ਪਿਆ ਹੁੰਦਾ। ਦਾਸ ਨੂੰ ਜਿਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ, ਹਜ਼ੂਰ ਮਹਾਰਾਜ ਜੀ ਖੰਨੇ ਵਾਲੇ ਬਹੁਤ ਘੱਟ ਵਿਚਰਦੇ ਸੀ ਆਪਣੇ ਇਲਾਕੇ 'ਚ, ਤਾਂ ਨਹੀਂ ਉਹਨਾਂ ਨੇ ਬਹੁਤੇ ਦੀਵਾਨ ਲਾਏ ਇੱਥੇ। ਸੰਗਰੂਰ, ਪੁਆਨੀਗੜ੍ਹ, ਤੂਰੀ, ਬਰਨਾਲੇ, ਉਹ ਏਰੀਏ 'ਚ ਬਹੁਤ ਸੰਗਤਾਂ, ਰਾਮਸਰ ਕੈਂਡ ਵੀ ਖੰਨੇ ਵੀ ਅਸਥਾਨ ਬਣੇ। ਮਹਾਰਾਜ ਕਹਿੰਦੇ ਮੈਂ ਦੀਵਾਨ ਸੁਣਿਆ ਬਚਪਨ 'ਚ ਸੰਤ ਮਹਾਰਾਜ ਦਾ। ਕਹਿੰਦੇ ਜਦ ਉਹਨਾਂ ਨੇ ਕਿਹਾ ਨਾ ਵੀ ਰੱਬ ਇਉਂ ਦੀਂਦਾ ਜਿਵੇਂ ਹੱਥ ਤੇ ਔਲਾ ਪਿਆ ਹੁੰਦਾ, ਕਹਿੰਦੇ ਮੈਂ ਕਿਹਾ ਮਹਾਰਾਜ ਜੀ ਕੋਲ ਨਹੀਂ ਜਾ ਕੇ ਆਪਦੇ ਮਨ 'ਚ ਇੱਕ ਪ੍ਰਣ ਕੀਤਾ ਵੀ ਮੈਂ ਉਦਣੇ ਮੰਨੂ ਜਿੱਦਣੇ ਮੈਨੂੰ ਦਿਸੂਗਾ। ਬਚਨ ਸੱਤ ਹੈ ਤੁਹਾਡਾ, ਸਾਡੀ ਸੁਣਦਿਆਂ ਦੀ ਜ਼ਿੰਦਗੀ ਲੰਘੀ, ਕਾਲਿਆਂ ਤੋਂ ਤੌਲੇ, ਤੌਲਿਆਂ ਤੋਂ ਅੱਗੇ ਸ਼ਮਸ਼ਾਨ ਭੂਮਿਕਾ ਦਾ ਹੀ ਥੋੜ੍ਹਾ ਜਿਹਾ ਸਫ਼ਰ ਰਹਿੰਦਾ, ਸਾਡੇ ਨਹੀਂ ਮਨ 'ਤੇ ਕਦੇ ਅਸਰ ਹੋਇਆ। ਅਸੀਂ ਬਹੁਤ ਹੇਠਾਂ ਖੜ੍ਹੇ ਹਾਂ ਹਾਲੇ। ਇੱਕ ਬੰਦਾ ਕੁਤਬ ਮੀਨਾਰ 'ਤੇ ਖੜ੍ਹਾ ਹੈ, ਦੋਸ਼ ਅਸੀਂ ਉਹਨਾਂ ਵਿੱਚ ਕੱਢਦੇ ਹਾਂ ਜਿਨ੍ਹਾਂ ਨੇ ਮੰਜੇ ਨਾਲ ਟੂਹੀ ਨਹੀਂ ਕਦੇ ਲਾ ਕੇ ਦੇਖੀ। ਸੰਤ ਮਹਾਰਾਜ ਜੀ ਖੰਨੇ ਵਾਲੇ ਮਕੰਦਪੁਰ ਦਾ ਜਥਾ, ਭਾਈ ਸੁਖਦੇਵ ਸਿੰਘ ਨੇ 22 ਸਾਲ ਅਖੰਡ ਪਾਠ ਕੀਤੇ ਨੇ, ਕਹਿਣ ਉਹਨੂੰ ਪੁੱਛ ਲਿਓ ਕਿਤੇ ਦਰਬਾਰ ਵਿੱਚ ਬੈਠ ਕੇ, ਜੇ ਮੈਂ ਝੂਠ ਬੋਲਾਂ ਜਾਂ ਮੈਂ ਕੋਈ ਉਈ ਵਡਿਆਈਆਂ ਕਰਾਂ, ਮੈਂ ਵੀ ਦੇਣਦਾਰ ਹਾਂ, ਕੋਈ ਹਿਸਾਬ ਕਿਤਾਬ ਹੁੰਦਾ ਇਹ ਗੱਲ ਦਾ? ਇਹ ਨਹੀਂ ਵੀ ਇੱਥੇ ਉਈ ਬੋਲੀ ਜਾਣਾ ਮਨ ਮਰਜ਼ੀ ਦੀਆਂ ਗੱਲਾਂ, ਜਿਹੜੇ ਮਨ ਮਰਜ਼ੀ ਦੀਆਂ ਗੱਲਾਂ ਕਰਦੇ ਨੇ ਇੱਥੇ ਆਪਣੇ ਕੋਲੋਂ ਬਣਾ ਬਣਾ ਗੱਲਾਂ ਬਾਤਾਂ ਛੱਡਦੇ ਨੇ, ਉਹਨਾਂ ਦਾ ਬਚਿਆ ਨਹੀਂ ਹੈ ਕੱਖ ਵੀ।
ਉਹਨੂੰ ਪੁੱਛਿਓ ਕਿਤੇ ਜੇ ਮਿਲ ਜੇ ਸੁਖਦੇਵ ਸਿੰਘ, ਕਹਿੰਦਾ ਡੇਰੇ ਚ ਅਖੰਡ ਪਾਠ ਚਾਹੇ ਕਿਸੇ ਦਾ, ਚਾਹੇ ਮਹਾਂਪੁਰਸ਼ਾਂ ਨੇ ਕਰਾਇਆ, ਚਾਹੇ ਕਿਸੇ ਪ੍ਰੇਮੀ ਨੇ ਕਰਾਇਆ। ਰਾਤ ਨੂੰ 8 ਵਜੇ ਮਹਾਂਪੁਰਸ਼ਾਂ ਨੇ ਦਰਬਾਰ ਦੇ ਅੰਦਰ ਆ ਕੇ ਬੈਠ ਜਾਣਾ ਔਰ ਸੁਬਾਹ 4 ਵਜੇ ਉੱਠ ਕੇ ਜਾਣਾ। ਇਹੋ ਜਿਹਾ ਚੌਂਕੜਾ, ਇਹੋ ਜਿਹੀ ਸਮਾਧੀ ਔਰ 4 ਅਖੰਡ ਪਾਠ ਇਹੋ ਜਿਹੇ ਕੀਤੇ। ਕਹਿੰਦੇ ਜਦੋਂ ਪਾਠ ਪ੍ਰਕਾਸ਼ ਹੋਇਆ ਮਹਾਂਪੁਰਸ਼ ਆ ਕੇ ਬੈਠ ਗਏ, ਜਦੋਂ ਭੋਗ ਪਿਆ ਉਦੋਂ ਉੱਠ ਕੇ ਗਏ ਨੇ। ਇੰਨਾ ਭਜਨ, ਇੰਨਾ ਤਪ, ਤਪ ਤਾਪਣ ਤੇ ਤਪ ਤੇਜ ਵਧੇ। ਜਿਹਨੇ ਕੋਈ ਤਪ ਨਹੀਂ ਕੀਤਾ, ਕੋਈ ਤਪੱਸਿਆ ਨਹੀਂ ਕੀਤੀ, ਕੋਈ ਸਿਮਰਨ ਨਹੀਂ ਕੀਤਾ, ਕੋਈ ਸੇਵਾ ਨਹੀਂ ਕੀਤੀ, ਮੇਰੇ ਤੋਂ ਬਚਨ ਤਾਂ ਨਹੀਂ ਪੂਰਾ ਕਮਾਇਆ ਗਿਆ ਹਲੇ, ਯਤਨ ਮੈਂ ਜ਼ਰੂਰ ਕਰਦਾ। ਮਹਾਰਾਜ ਦੇ ਚਰਨਾਂ 'ਚ ਕੀਰਤਨ ਦਾ ਸਮਾਂ, ਜੇ ਉਹਨਾਂ ਨੇ ਕਿਹਾ ਮੈਂ ਤਾਂ ਉੱਥੇ ਕੀਰਤਨ ਕੀਤਾ, ਮੈਂ ਆਪਣੀ ਮਰਜ਼ੀ ਨਾਲ ਵਾਜਿਆ ਨਹੀਂ ਜਾ ਕੇ ਫੜਿਆ ਕਦੇ। 12 ਸਾਲ ਕੀਤਾ ਹੀ ਨਹੀਂ ਹੈ ਕੀਰਤਨ ਉੱਥੇ, 12 ਸਾਲਾਂ ਬਾਅਦ ਮਹਾਂਪੁਰਸ਼ਾਂ ਨੇ ਕਿਹਾ। ਕਈਆਂ ਨੇ ਮੈਨੂੰ ਕਹਿਣਾ ਵੀ ਪਹਿਲਾਂ, ਮੈਂ ਆਖਿਆ ਆਪ ਤੋਂ ਵੱਡਿਆਂ ਕੋਲੇ ਸੁਣਨ ਜਾਈਦਾ, ਸੁਣਾਉਣ ਨਹੀਂ ਜਾਈਦਾ। ਤੋ 12 ਸਾਲਾਂ ਬਾਅਦ ਫਿਰ ਮਹਾਂਪੁਰਸ਼ ਇਉਂ ਬਚਨ ਕਰਨ ਲੱਗ ਗਏ, ਉੱਠੋ ਭਾਈ ਕੋਈ ਕੀਰਤਨ ਕਰੋ, ਕੀਰਤਨ ਕਰੋ। ਮੈਨੂੰ ਆਖਣ ਲੱਗੇ ਜੇ 8 ਘੰਟੇ ਨਿਤਨੇਮ ਭਜਨ ਨਾ ਕੀਤਾ ਹੋਵੇ, ਸਪੀਕਰ ਫੜ ਕੇ ਕਹਿੰਦੇ ਕੀਰਤਨ ਕਰਨ ਨਹੀਂ ਲੱਗਣਾ, ਉਹ ਦੰਦ ਕਥਾ ਹੀ ਹੈ, ਉਹਨੇ ਨਾ ਤੇਰਾ ਕੁਝ ਸਵਾਰਨਾ ਨਾ ਕਿਸੇ ਦਾ ਸਵਾਰਨਾ ਹੈ। ਪਹਿਲਾਂ ਆਪ ਜਪ, ਇੱਕ ਖਾਲੀ ਕਾਰਤੂਸ ਹੈ ਉਹ ਖੜਕਾ ਜ਼ਰੂਰ ਕਰ ਦਿੰਦਾ, ਪਰ ਉਹ ਕੰਮ ਨਹੀਂ ਕੋਈ ਸਿੱਧ ਕਰਦਾ। ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦੀ, ਉਹਨਾਂ ਦਾ ਬੋਲਣਾ ਕੀ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਉਹਨਾਂ ਦੀ ਤਾਂ ਚਾਲ ਹੀ ਹੋਰ ਹੋ ਜਾਂਦੀ ਹੈ। ਜੁਗ ਜੁਗ ਨਿਰਾਲੀ ਚਾਲ ਤੇਰੇ ਭਗਤਾਂ ਦੀ, ਜੁਗ ਜੁਗ ਨਿਰਾਲੀ ਚਾਲ ਤੇਰੇ ਭਗਤਾਂ ਦੀ, ਜੁਗ ਨਿਰਾਲੀ ਚਾਲ ਤੇਰੇ ਭਗਤਾਂ ਦੀ, ਜੁਗ ਜੁਗ ਨਿਰਾਲੀ ਚਾਲ ਤੇਰੇ ਭਗਤਾਂ ਦੀ।
ਚਾਲੀ ਚਾਲ ਤੇਰੇ ਭਗਤਾਂ ਦੀ ਜੁਗੋ ਜੁਗ ਨਿਰਾਲੀ ਚਾਲ ਤੇਰੇ ਭਗਤਾਂ ਦੀ ਉਹਨਾਂ ਦੀ ਚਾਲ ਹੈ ਜਿਹੜੀ ਉਹ ਜੁਗੋ ਜੁਗ ਨਿਰਾਲੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲ ਹੈ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਉਹਨਾਂ ਦੀ ਮੰਜ਼ਿਲ ਕੀ ਹੈ ਭਲਾ? ਅਸੀਂ ਆਮ ਕਹਿ ਦਿੰਦੇ ਹਾਂ ਇਹ ਸਾਧੂ ਬਹੁਤ ਪਹੁੰਚੇ ਹੋਏ ਸਾਧੂ ਨੇ, ਕਿੱਥੇ ਕੁ ਪਹੁੰਚੇ ਨੇ ਉਸ ਗੱਲ ਦਾ ਤਾਂ ਨਹੀਂ ਸਾਨੂੰ ਪਤਾ ਹੈ। ਇਹ ਉਹ ਖੁਦ ਜਾਣਦੇ ਨੇ ਵੀ ਕਿੱਥੇ ਇੱਕ ਸੁਰਤ ਟਿਕੀ ਹੈ। ਇੱਕ ਮਹਾਂਪੁਰਸ਼ ਸਮਾਧੀ ਲਾਈ ਖੜੇ ਸੀ ਜੰਗਲ ਵਿੱਚ, ਸ਼ੌਂਕ ਆ ਗਿਆ। ਸਾਡੇ ਅਹਿਮਦਗੜ੍ਹ ਦੇ ਨੇੜੇ ਧੂਰਕੋਟ ਇੱਕ ਗਰੀਬ ਦਾਸੀ ਕੁਟੀਆ ਅਵਧੂਤ ਸੰਤ ਹੁੰਦੇ, ਉੱਥੇ ਸੰਤ ਫੁੰਮਣ ਦਾਸ ਜੀ ਮਹਾਰਾਜ। ਬਚਪਨ ਤੋਂ ਹੀ ਕੋਈ ਪੂਰਵਲਾ ਕਰਮ ਜਾਗਿਆ ਸੀ, ਮੈਨੂੰ ਬਹੁਤ ਚੰਗੇ ਲੱਗਣੇ ਸਾਧੂ ਜੇ ਆਮ ਵੀ ਕਿਸੇ ਨੇ ਲੰਘਣਾ। ਉਹਨਾਂ ਦੇ ਕੋਲ ਜਾਣ ਦਾ ਸਮਾਂ ਮਿਲਦਾ ਰਿਹਾ। ਇੱਕ ਕੋਈ ਪ੍ਰੇਮੀ ਆ ਕੇ ਉਹਨਾਂ ਨੂੰ ਆਖਣ ਲੱਗਿਆ, ਬਾਬਾ ਜੀ ਮੈਨੂੰ ਸੰਤ ਬਣਾ ਦੇ। ਉਹ ਆਖਣ ਲੱਗਿਆ, ਅੱਛਾ ਕੋਈ ਨਾ ਫਿਰ ਆ ਜਾਈ ਕਿਸੇ ਦਿਨ, ਸਵਖਤੇ ਆਈ ਕਹਿੰਦੇ ਥੋੜਾ ਜਿਹਾ। ਮਹਾਂਪੁਰਸ਼ਾਂ ਦੇ ਉੱਥੇ ਡੇਕ ਹੁੰਦੀ, ਉਹ ਮੈਂ ਦੇਖੀ ਹੈ। ਸਵੇਰੇ ਇਉਂ ਖੜ ਕੇ ਜਿਵੇਂ ਬਰਾਗਣ ਲਾਈ ਦੀ ਆ, ਖੜ ਕੇ ਸਾਧੂ ਭਜਨ ਕਰਦੇ ਨੇ। ਜਦ ਆਏ ਖੜ ਗਏ, ਉਹ ਪ੍ਰੇਮੀ ਆ ਗਿਆ ਕਿਤੇ। ਮਹਾਂਪੁਰਸ਼ਾਂ ਦੀ ਬਿਰਤੀ ਚੜ੍ਹੀ ਹੈ ਕੋਈ ਪਤਾ ਨਹੀਂ, ਪਤਾ ਨਹੀਂ ਸਵੇਰ ਦੇ ਕਦੇ ਕੁ ਖੜੇ ਨੇ। ਉਹ ਤਾਂ 8-9 ਵਜੇ ਆਇਆ ਸੀਗਾ, ਕੋਈ ਸੇਵਾਦਾਰ ਨਹੀਂ ਸੀ ਹੁੰਦਾ ਉਹਨਾਂ ਕੋਲ, ਇਕੱਲੇ ਹੀ ਰਹਿੰਦੇ ਸੀ। ਰਹੇ ਇਕੱਲਾ ਕਹੇ ਅੱਲਾ। ਉਸ ਵੇਲੇ ਉਹ ਬੈਠਾ ਰਿਹਾ, ਸ਼ਾਮ ਦੇ 5:05। ਉਹ ਸਾਧੂ ਨੇ ਨੇਤਰ ਨਹੀਂ ਖੋਲਿਆ ਹੈ, ਉਹਨੇ ਕੋਈ ਸਰੀਰ ਦੀ ਹਰਕਤ ਨਹੀਂ ਕੀਤੀ। ਜਿੱਥੇ ਖੜੇ ਅਹਿਲ ਭਗਤੀ ਹੁੰਦੀ ਕਿਵੇਂ ਹੈ? ਅਸੀਂ ਤਾਂ ਇੱਥੇ ਥੋੜੀਆਂ ਥੋੜੀਆਂ ਗੱਲਾਂ ਪਿੱਛੇ ਕਾਟੋ ਕਲੇਸ਼ ਗੁਰਦੁਆਰਿਆਂ ਚ ਪਾਈ ਬੈਠੇ ਹਾਂ। ਅਸੀਂ ਕਦੇ ਕਦੇ ਸੋਚੀਦਾ, ਜਗਿਆਸੂ ਨਹੀਂ ਲੱਭਦਾ, ਕੋਈ ਪੁੱਛਣ ਵਾਲਾ ਹੀ ਨਹੀਂ ਲੱਭਦਾ ਵੀ ਭਗਤੀ ਕਿਵੇਂ ਕਰੀਏ। ਉਹ ਗੱਲਾਂ ਹੀ ਦੂਰ ਚਲੀਆਂ ਗਈਆਂ। ਜਦ ਸ਼ਾਮ ਦੇ 4-5 ਵਜ ਗਏ, ਉਹ ਮਹਾਂਪੁਰਸ਼ਾਂ ਨੇ ਜਦ ਨੇਤਰ ਖੋਲੇ, ਕਹਿੰਦੇ ਆ ਜਾ ਭਾਈ, ਆ ਜਾ ਤੈਨੂੰ ਸੰਤ ਬਣਾਈਏ। ਬਾ ਹੱਥ ਜੋੜ ਕੇ ਕਹਿੰਦਾ, ਬਾਬਾ ਜੀ ਮੈਥੋਂ ਨਹੀਂ ਉਹ ਕੰਮ ਆਉਣਾ, ਮੈਂ ਤਾਂ ਇੱਥੇ ਜੱਦਾ ਸਵੇਰ ਦਾ ਬੈਠਾ। ਕਈ ਵਾਰੀ ਮੈਂ ਜਲ ਛਕਿਆ ਆ, ਕਈ ਵਾਰੀ ਉਹ ਬਾਹਰ ਮੋਟਰ ਵਾਲਿਆਂ ਦੇ ਚਾਹ ਪੀ ਆਇਆ। ਇਹ ਤਾਂ ਤੁਹਾਨੂੰ ਇਹ ਮੁਬਾਰਕ ਹੈ ਗੱਲ, ਭੇਖ ਪਾਉਣ ਦੀ ਨਹੀਂ ਕੋਈ ਗੱਲ, ਇਹ ਤਾਂ ਬਹੁਤ ਛੋਟੀ ਜਿਹੀ ਗੱਲ ਹੈ। ਪਰ ਜੇ ਕੋਈ ਕਮਾਈ ਸਾਧਨਾ ਕਰਨੀ ਹੋਵੇ, ਸਾਧਨਾ ਤੋਂ ਬਿਨਾਂ ਕਦੇ ਸਾਧੂ ਨਹੀਂ ਬਣਦਾ।
ਸਾਧੂ ਤੋਂ ਬਿਨਾਂ ਸਾਧਨਾ ਨਹੀਂ ਹੁੰਦੀ ਕਦੇ। ਹੁਣ ਤਾਂ ਕਹਿੰਦੇ ਮੈਨੂੰ ਬਹੁਤ ਕੁਛ ਪਤਾ, ਮੈਨੂੰ ਲੋੜ ਹੀ ਨਹੀਂ ਹੈ ਕੋਈ। ਪਰ ਕੁੱਟ ਖਾ ਜੇ ਕਿਸੇ ਨੂੰ ਕੁੱਟਣਾ ਹੈ, ਪਹਿਲਾਂ ਕੁੱਟ ਖਾ ਕੇ ਆ ਕਿਸੇ ਦੀ ਫਕੀਰ ਦੀ, ਉਹ ਤਰਾਸ਼ ਤਰਾਸ਼ ਕੇ ਹੀਰੇ ਨੂੰ ਬਣਾ ਕਹਿ ਜਿਹਾ ਦਿੰਦੇ ਨੇ, ਉਹਦਾ ਫਿਰ ਮੁੱਲ ਵੀ ਪੈਂਦਾ ਕੋਈ, ਉਹਦਾ ਮੁੱਲ ਵੀ ਪੈਂਦਾ। ਕੋਇਲ ਰਿਸ਼ੀ, ਮੈਂ ਇੱਕ ਹੋਰ ਰਿਸ਼ੀ ਦੀ ਗੱਲ, ਉਹ ਜੰਗਲ ਦੇ ਅੰਦਰ ਖੜਾ, ਉਹ ਵੀ ਤਪੱਸਿਆ ਕਰਦਾ ਸੀ ਖੜਾ ਰਿਸ਼ੀ, ਸਾਹਮਣੇ ਆਲੇ ਦੁਆਲੇ ਲੋਕ ਅੱਗੇ ਡੰਗਰ ਚਾਰਦੇ ਹੁੰਦੇ, ਚਰਵਾਹੇ ਖੜੇ ਨੇ, ਉਹਨਾਂ ਨੇ ਦੇਖਿਆ ਇੱਕ ਕਾਲਾ ਨਾਗ ਆ ਰਿਹਾ ਬਹੁਤ ਵੱਡਾ। ਉਹ ਸਾਰੇ ਜਦੋਂ ਫਰਾਟੇ ਮਾਰਦਾ ਆਉਂਦਾ ਵੀ ਐਡੀ ਛੋਟੀ ਵੀ ਕਾਮਯਾਬ ਨਹੀਂ ਵੀ ਆਪਾਂ ਮਾਰ ਦਈਏ, ਉਹ ਦਰਖਤਾਂ ਤੇ ਚੜ ਗਏ ਸਾਰੇ। ਪਰ ਉਹ ਮੁਨੀ ਇਉਂ ਸਮਾਧੀ ਲਾਈ ਖੜੇ ਦਰਖਤ ਤੇ, ਉਹਨੂੰ ਨਾਲ ਦੇ ਆਵਾਜ਼ਾਂ ਦਿੰਦੇ ਨੇ, ਬਾਬਾ ਜੀ ਸਰ ਪਾ ਰਿਹਾ, ਸਰ ਪਾ ਰਿਹਾ, ਪਰੇ ਹੋ ਜੋ, ਬਹੁਤ ਹੰਕਾਰਿਆ ਹੋਇਆ ਸਰ ਪਾ ਰਿਹਾ। ਉਹ ਉਹ ਜੇ ਉੱਥੇ ਹੋਣ ਤਾਂ ਬੋਲਣ, ਨਹੀਂ ਬੋਲੇ। ਅਖੀਰ ਉਹ ਸਰਪ ਨੇ ਆ ਕੇ ਮਹਾਤਮਾ ਦੇ ਡੰਗ ਮਾਰਿਆ, ਜਦ ਡੰਗ ਮਾਰਿਆ ਨਾ ਉਹਨਾਂ ਨੂੰ ਫਿਰ ਵੀ ਪਤਾ ਨਹੀਂ ਲੱਗਿਆ, ਫਿਰ ਵੀ ਤਕਲੀਫ ਨਹੀਂ ਹੋਈ। ਅੱਧੇ ਘੰਟੇ ਬਾਅਦ ਉਹ ਸਰਪ ਤਾਂ ਵਾਪਸ ਮੁੜ ਗਿਆ, ਆਏ ਹਿਲਾਇਆ ਜਲਾਇਆ, ਮਹਾਂਪੁਰਸ਼ਾਂ ਨੇ ਨੇਤਰ ਖੋਲੇ, ਕਹਿੰਦੇ ਕੀ ਗੱਲ ਹੈ? ਕਹਿੰਦੇ ਬਾਬਾ ਜੀ ਆ ਦੇਖੋ ਸਰਪ ਲੜਿਆ ਤੁਹਾਡੇ। ਕਹਿੰਦੇ ਭਾਈ ਮੇਰੇ ਸਰਪ ਲੜ ਹੀ ਨਹੀਂ ਸਕਦਾ, ਮੈਂ ਤਾਂ ਕਿਸੇ ਹੋਰ ਦੇਸ਼ 'ਚ ਗਿਆ ਹੋਇਆ ਸੀਗਾ, ਸਰੀਰ 'ਚ ਹੈ ਨਹੀਂ ਸੀ ਮੈਂ। ਕਹਿੰਦੇ ਕਹਿੰਦੇ ਮਹਾਰਾਜ ਫਿਰ ਵਿਉਹ ਨਹੀਂ ਚੜੀ? ਕਹਿੰਦੇ ਜਦ ਬੰਦਾ ਮਰ ਜਾਂਦਾ ਉਹਦੇ ਸੱਪ ਲੜੀ ਜਾਵੇ, ਕੁਛ ਕਰੀ ਜਾਵੇ, ਕੁਛ ਨਹੀਂ ਹੁੰਦਾ ਉਹਨੂੰ। ਇਹ ਜਿਹੜੇ ਦੇਹ ਅਧਿਆਸ ਜਿਹਨਾਂ ਦਾ ਟੁੱਟ ਜਾਂਦਾ ਹੈ, ਜਿਹੜੇ ਸਿਮਰਨ ਕਰਦੇ ਕਰਦੇ ਦੇਹ ਤੋਂ ਵਧੇ ਹੋ ਜਾਂਦੇ ਨੇ, ਸਵਜਿਆ ਸਰੂਪ ਸਲੋਕ ਸਮੀਪਾ ਕਹਿ ਪ੍ਰਕਾਰ ਦੀ ਮੁਕਤੀ ਹੈ। ਕਹਿੰਦੇ ਮੈਂ ਤਾਂ ਉਸ ਆਨੰਦ ਦੇ ਵਿੱਚ ਵਿੱਚ ਹੁਣ ਵੀ ਮੈਨੂੰ ਜੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਹੈ ਉਹਨਾਂ ਵਾਸਤੇ, ਉਹ ਸੱਚ ਹੈ। ਪਰ ਉਹ ਗੱਲ ਹੈ ਜਿਹੜੀ ਉਹ ਕੋਈ ਨੇੜੇ ਨਹੀਂ ਹੈ ਮੰਜ਼ਿਲ, ਬੜੀ ਦੂਰ ਹੈ ਮੰਜ਼ਿਲ ਫਕੀਰੀ ਦੀ, ਬੜੀ ਦੂਰ ਹੈ ਮੰਜ਼ਿਲ ਫਕੀਰੀ ਦੀ।
ਮੰਜ਼ਲ ਫਕੀਰੀ ਦੀ ਬੜੀ ਦੂਰ ਹੈ ਮੰਜ਼ਲ ਫਕੀਰੀ ਦੀ ਬੜੀ ਦੂਰ ਹੈ ਮੰਜ਼ਲ ਫਕੀਰੀ ਦੀ ਔਖੀ ਕਾਟੀ ਮੁਸ਼ਕਿਲ ਪੈਂਦਾ ਪੰਡਤ ਪਹੁੰਚ ਨਾ ਸਕੇ ਜਿੱਥੇ ਪਹੁੰਚੇ ਅਸੀਂ ਨਿਮਾਣੇ ਪੈਣ ਸ਼ਾਹਾਂ ਨੂੰ ਸਕੇ ਇਸ ਸਮੁੰਦਰ ਲਹਿਰਾਂ ਵਗਣ ਇੱਕ ਦੂਜੀ ਦੇ ਅੱਗੇ ਇੱਕ ਦੂਜੀ ਨੂੰ ਇਹ ਗੱਲ ਆਖਣ ਇੱਕ ਘੁੱਟ ਪੀ ਲੈ ਨਾਮ ਸਾਈਂ ਦਾ ਤੇਰੀ ਲਹਿਰ ਉਮਰ ਦੀ ਵਗੇ ਪਰ ਦੇਖੇ ਨੇ ਬੰਦਗੀ ਕਰਨ ਵਾਲੇ ਫਕੀਰ ਜਦੋਂ ਬੰਦਗੀ ਕਰਕੇ ਆਪਣੀ ਕੁਟੀਆ ਚ ਵਸਣ ਤੋਂ ਨਿਕਲਦੇ ਨੇ ਤਾਂ ਉਹਨਾਂ ਦਾ ਸਰੂਪ ਕਿਹੋ ਜਿਹਾ ਬਣ ਜਾਂਦਾ ਉਹ ਰਲਦਾ ਨਹੀਂ ਜਿਹੜਾ ਸੰਸਾਰ ਦੇ ਨਾਲ ਉਸ ਵੇਲੇ ਉਹ ਮਹਾਂਪੁਰਸ਼ਾਂ ਨੂੰ ਕੀ ਉਹਨਾਂ ਦੇ ਸਰਫ ਚੜ੍ਹਨਾ ਸੀ ਕੀ ਉਹਨਾਂ ਨੂੰ ਵਿਓ ਨੇ ਉੱਥੇ ਕੀ ਕਰਨਾ ਸੀ ਜਿਹਦੀ ਦ੍ਰਿਸ਼ਟੀ ਚ ਅੰਮ੍ਰਿਤ ਬਣਿਆ ਪਿਆ ਸਾਰੇ ਪਾਸੇ ਕੋਇਲ ਰਿਸ਼ੀ ਅੱਜ ਇੱਕ ਗ੍ਰੰਥ ਪੜ੍ਹਦੇ ਨੇ ਬੈਠੇ ਕੋਲ ਧਰਮ ਸੁਪਤਨੀ ਹੈ ਇੱਕ ਸਵਾਲ ਆਇਆ ਉਹਦਾ ਹੱਲ ਨਾ ਹੋਵੇ ਕੋਈ ਮਾਤਾ ਦੀ ਗਰਭ ਦੇ ਅੰਦਰ ਬਾਲਕ ਨੇ ਜਨਮ ਲੈਣਾ ਸੀ ਆਪਣੀ ਇਸਤਰੀ ਨੂੰ ਪੁੱਛਦੇ ਨੇ ਕੋਇਲ ਰਿਸ਼ੀ ਕਹਿੰਦੇ ਆ ਸਵਾਲ ਦਾ ਹੱਲ ਨਹੀਂ ਨਿਕਲ ਰਿਹਾ ਮੇਰੇ ਤੋਂ ਗਰਭ ਦੇ ਅੰਦਰੋਂ ਆਵਾਜ਼ ਆਈ ਪਿਤਾ ਜੀ ਇਹਦਾ ਆ ਉੱਤਰ ਹੈ ਕ੍ਰੋਧ ਆਇਆ ਕਹਿੰਦੇ ਤੈਂ ਹਲੇ ਜਨਮ ਲਿਆ ਨਹੀਂ ਪਹਿਲਾਂ ਹੀ ਬੋਲੀ ਜਾਂਦਾ ਕੋਇਲ ਰਿਸ਼ੀ ਕਿਤੇ ਗੁੱਸੇ ਚ ਆ ਕੇ ਲੱਤ ਵੱਜੀ ਉਸ ਬਾਲਕ ਨੇ ਫਿਰ ਜਦ ਜਨਮ ਲਿਆ ਅੱਠ ਬਲ ਪੈ ਗਏ ਸਰੀਰ ਚ ਨੌ ਅਸ਼ਟਾ ਬੱਕਰ ਰੱਖਿਆ ਗਿਆ ਉਧਰ ਮਹਾਰਾਜਾ ਜਨਕ ਦੁਪਹਿਰ ਦਾ ਸਮੇਂ ਜਿਵੇਂ ਆ ਸਖਤ ਗਰਮੀ ਜਿਹੜਾ ਭੋਰੇ ਪੱਟੇ ਨੇ ਹੁਣ ਬੇਸਮੈਂਟਾਂ ਕਹਿ ਦਿੰਦੇ ਨੇ ਉਹਨਾਂ ਦੇ ਅੰਦਰ ਰਾਜੇ ਮਹਾਰਾਜੇ ਮਹਾਂਪੁਰਸ਼ ਆਰਾਮ ਕਰਦੇ ਮਹਾਰਾਜੇ ਜਨਕ ਨੂੰ ਇੱਕ ਸੁਪਨਾ ਆਇਆ ਬਈ ਮੇਰੇ ਤੇ ਗੁਆਂਢੀ ਬਾਦਸ਼ਾਹ ਨੇ ਰਾਜੇ ਨੇ ਚੜ੍ਹਾਈ ਕਰ ਦਿੱਤੀ ਮੈਨੂੰ ਬੰਦੀ ਬਣਾ ਲਿਆ ਮੇਰੇ ਰਾਜ ਤੇ ਕਾਬਜ ਹੋ ਗਿਆ ਔਰ ਮੈਨੂੰ ਇੱਥੋਂ ਕੱਢ ਕੇ ਕਹਿ ਦਿੱਤਾ ਵੀ ਤੂੰ ਪਰਲੇ ਪਾਸੇ ਚੱਲਿਆ ਜਾ ਇਹ ਰਾਜ ਦੀ ਹੱਦ ਦੇ ਵਿੱਚ ਨਹੀਂ ਆਉਣਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਤੋ ਉਸ ਵੇਲੇ ਜਦ ਪਰਲੇ ਪਾਸੇ ਗਿਆ ਭੁੱਖ ਲੱਗੀ ਹੈ ਸਾਧੂ ਤੁਰੇ ਜਾਂਦੇ ਨੇ ਕਈ ਸਾਧੂ ਸੱਤ ਅੱਠ ਸਾਧੂ
ਉਹਨਾਂ ਨੂੰ ਆਖਣ ਲੱਗਿਆ ਮੈਨੂੰ ਬਹੁਤ ਭੁੱਖ ਲੱਗੀ ਹੈ। ਕਹਿੰਦੇ ਅੱਛਾ ਚੱਲ ਫਲਾਣੀ ਜਗ੍ਹਾ ਖਿਚੜੀ ਮਿਲਦੀ ਹੈ ਇੱਕ ਕੜਛੀ, ਅਸੀਂ ਵੀ ਉਹ ਖਿਚੜੀ ਛੱਕ ਕੇ ਸਬਰ ਕਰਦੇ ਹਾਂ ਭਜਨ ਕਰਦੇ ਹਾਂ, ਤੂੰ ਵੀ ਚੱਲ। ਕਹਿੰਦੇ ਬਰਤਨ ਨਹੀਂ ਹੈ ਮੇਰੇ ਕੋਲ, ਜਿਵੇਂ ਆ ਗੜਬੜ ਰੱਖਦੇ ਨੇ ਸਾਧੂ ਹਿੰਦੂ ਮਤ ਵਿੱਚ ਚਿੱਪੀ ਰੱਖਦੇ ਨੇ ਕੋਲ। ਉਸ ਵੇਲੇ ਉਹ ਕਹਿੰਦੇ ਵੀ ਹੈ ਸਾਡੇ ਕੋਲ ਵੀ ਇੱਕ ਇੱਕ, ਉੱਥੇ ਕੁਮਾਰਾਂ ਦੀ ਪੱਠੀ ਹੈ ਉੱਥੋਂ ਚੱਕ ਲਿਆ, ਤੂੰ ਟੁੱਟਿਆ ਹੋਇਆ ਬਰਤਨ ਲਿਆਇਆ। ਉਹ ਆਖਣ ਲੱਗੇ ਵੀ ਖਿਚੜੀ ਤਾਂ ਖਤਮ ਹੋ ਗਈ ਹੁਣ, ਉਹਨੇ ਖੁਰਚ ਖਰਚ ਕੇ ਦਿੱਤੀ ਇੱਕ ਚਮਚਾ ਘਿਓ ਦਾ ਪਾਉਂਦੇ, ਜਦ ਖਿਚੜੀ ਖਾਣ ਲੱਗਿਆ ਦੋਸਾਂ ਆਏ ਲੜਦੇ, ਇਹਦੇ ਵਿੱਚ ਵੱਜੇ ਠੂਠਾ ਕਿਤੇ ਆਪ ਕਿਤੇ ਇੱਧਰ ਅੱਖ ਖੁੱਲ ਗਈ। ਹੈਰਾਨ ਹੋ ਗਿਆ ਪਸੀਨਾ ਆਇਆ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ ਸੁਪਨੇ ਪਿਆ ਭਿਖਾਰੀ ਸੁਪਨੇ ਪਿਆ ਭਿਖਾਰੀ ਜੀ ਸੁਪਨੇ ਪਿਆ ਭਿਖਾਰੀ ਜੀ ਸਿੰਘਾਸਨ ਸੋਇਆ ਨਰਪਤ ਏਕ ਸਿੰਘਾਸਨ ਸੋਇਆ ਨਰਪਤ ਏਕ ਸਿੰਘਾਸਨ ਸੋਇਆ ਏਕ ਸਿੰਘਾਸਨ ਸੋਇਆ ਏਕ ਸਿੰਘਾਸਨ ਸੋਇਆ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਜੀ ਸੁਪਨੇ ਪਿਆ ਭਿਖਾਰੀ ਜੀ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਅਸ਼ਤਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਉਹ ਅੱਖ ਕਿਹੜੀ ਹੈ ਜਿਹੜੀ ਸੁਪਨੇ ਚ ਦੇਖਦੀ ਹੈ? ਆਦਾ ਅੱਖਾਂ ਬੰਦ ਹੁੰਦੀਆਂ ਨੇ, ਉਹ ਅੱਖ ਕਿਹੜੀ ਹੈ? ਅਰ ਸੁਪਨਾ ਆਉਂਦਾ ਕਦ ਹੈ? ਜਦ ਮਨ ਕੰਠ ਦੇ ਅੰਦਰ ਇੱਕ ਹਿਤਾ ਨਾੜੀ ਹੈ ਉਹ ਚ ਪ੍ਰਵੇਸ਼ ਕਰਦਾ ਹੈ। ਉਸ ਵੇਲੇ ਮਹਾਰਾਜਾ ਜਨਕ ਉੱਠਿਆ, ਰਾਣੀਆਂ ਮਹਾਰਾਣੀਆਂ ਅਹਿਲਕਾਰ ਦੇਖਿਆ ਪਸੀਨਾ, ਕੀ ਗੱਲ ਹੋ ਗਈ? ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਕਹਿ ਕੇ ਆਖਣ ਲੱਗੇ ਆਪਣੀ ਸਭਾ ਦੇ ਅੰਦਰ ਆਇਆ। ਜਿਵੇਂ
ਔਰੰਗਜ਼ੇਬ ਦੇ ਦਰਬਾਰ ਦੇ ਅੰਦਰ 1414 ਕਾਜ਼ੀ ਰਹਿੰਦਾ ਸੀਗਾ। ਵਿਦਵਾਨ ਇਹਨੇ ਵੀ ਵਿਦਵਾਨ ਇਕੱਠੇ ਕੀਤੇ। ਇੱਕ ਸਵਾਲ ਕਰਦਾ ਵੀ ਇਹ ਸੱਚਾ ਜਾਂ ਉਹ ਸੱਚਾ, ਜਾਗਰਤ ਸੱਚਾ ਹੈ, ਮੈਂ ਆਪਣੇ ਆਰਾਮ ਵਾਲੇ ਕਮਰੇ 'ਚ ਪਿਆ ਸੀ, ਜਾਂ ਜੋ ਮੈਨੂੰ ਸੁਪਨਾ ਆਇਆ ਉਹ ਸੱਚਾ ਹੈ, ਇਹ ਸਵਾਲ ਕਰਦਾ। ਇਹਦਾ ਜਵਾਬ ਕੀ ਕੋਈ ਦੇਵੇ ਇਹੋ ਜਿਹੀ ਗੱਲ ਦਾ? ਜਵਾਬ ਦੇ ਸਕਦਾ ਕੋਈ ਤਤਵੇਤਾ ਯੋਗੀ ਹੋਵੇ, ਜਿਹਨੂੰ ਤਿੰਨ ਕਾਲਾਂ ਦੀ ਸੋਝੀ ਹੋਵੇ, ਉਹ ਦੇਵੇਗਾ ਇਹਦਾ ਜਵਾਬ। ਕੋਈ ਕਿਤਾਬ ਦੇ ਅੰਦਰ ਤਾਂ ਲਿਖਿਆ ਨਹੀਂ ਹੋਇਆ ਵੀ ਮਹਾਰਾਜੇ ਜਨਕ ਨੂੰ ਇਹ ਸੁਪਨਾ ਆਉਣਾ, ਕਿਸੇ ਪ੍ਰੋਫੈਸਰ ਦੀ ਕਿਤਾਬ ਨੇ ਇਹਦਾ ਜਵਾਬ ਨਹੀਂ ਦੇਣਾ। ਇਹਦਾ ਜਵਾਬ ਕੋਈ ਨਾਮ ਦੇ ਵਿੱਚ ਰੰਗਿਆ ਹੋਇਆ, ਜਿਹਦੀ ਸੁਰਤ ਨਾਮ ਮੰਡਲ ਦੇ ਅੰਦਰ ਪ੍ਰਵੇਸ਼ ਕੀਤੀ ਹੋਈ ਹੋਵੇ, ਇਹੋ ਜਿਹਾ ਕੋਈ ਸਾਧੂ ਜਵਾਬ ਦੇਵੇਗਾ। ਤੋ ਇਹਨੇ 88,000 ਰਿਸ਼ੀ ਕੋਇਲ ਰਿਸ਼ੀ ਨੂੰ ਵੀ ਵਿੱਚ ਹੀ ਰੱਖ ਲਿਆ। ਮਿੱਠੀ ਕੈਦ ਹੈ, ਜਾਣਾ ਕਿਤੇ ਨਹੀਂ, ਮੇਰੇ ਸਵਾਲ ਦਾ ਜਵਾਬ ਦਿਓ। ਪਰ ਕੌਣ ਜਵਾਬ ਦੇਵੇ? ਉਹ ਦਰਸ਼ਟਾ ਬਕਰ ਦੀ ਉਮਰ ਵੀ 8 ਸਾਲ ਦੀ ਹੋ ਗਈ। ਨਦੀ ਦੇ ਕਿਨਾਰੇ ਇਹ ਖੇਡਣ ਬੱਚੇ ਖੇਡਦੇ ਸੀ, ਇਹ ਭਜਨ ਕਰਦਾ ਹੁੰਦਾ ਸੀ ਜਾ ਕੇ ਉੱਥੇ। ਉੱਥੇ ਇਸਨੇ ਇੱਕ ਮਾਲਾ ਰੱਖੀ ਹੈ, ਬਰਾਗਣ ਹੈ, ਆਸਣ ਹੈ। 5-7 ਬੱਚੇ ਇਕੱਠੇ ਹੋ ਕੇ ਆਏ, ਕਿਸੇ ਨੇ ਆਸਣ ਖੋਲਿਆ, ਕਿਸੇ ਨੇ ਬਰਾਗਣ, ਕਿਸੇ ਨੇ ਮਾਲਾ। ਇਹ ਆਖਣ ਲੱਗਿਆ, ਦੇਖੋ ਬਈ, ਮੇਰਾ ਨਿਤਨੇਮ ਦਾ ਟਾਈਮ ਹੈ, ਤੁਸੀਂ ਆਉਣਾ ਕਰੋ, ਮੈਂ ਭਜਨ ਕਰਨਾ ਸ਼ਾਮ ਦਾ, ਸੰਧਿਆ ਵੇਲੇ ਦਾ। ਉਹ ਬੱਚੇ ਨਹੀਂ ਦਿੰਦੇ, ਇੱਕ ਬੱਚਾ ਥੋੜ੍ਹਾ ਜਿਹਾ ਸਿਆਣਾ ਸੀ, ਉਹ ਕਹਿੰਦਾ ਦੇ ਦਿਓ ਬਈ ਇਹਨੂੰ, ਇਹ ਪਿਓ ਬਾਹਰ ਹੈ, ਇਹਦਾ ਪਿਓ ਨਹੀਂ ਹੈ, ਇਹ ਆਪਣੀ ਮਾਂ ਦੀ ਰੀਸ ਨਾਲ ਆਪਣੇ ਨਾਨੇ ਨੂੰ ਹੀ ਆਪਣਾ ਪਿਤਾ ਕਹਿੰਦਾ ਸੀ। ਅੱਜ 8 ਸਾਲ ਦਾ ਹੋਇਆ, ਕਦੇ ਸਵਾਲ ਨਹੀਂ ਕੀਤਾ। ਮਨ ਦੇ ਅੰਦਰ ਫੁਰਨਾ ਜਦੋਂ ਬਣ ਜੇ, ਆਪਣੀ ਮਾਤਾ ਨੂੰ ਆ ਕੇ ਆਖਦਾ, ਮਾਤਾ ਮੇਰਾ ਪਿਤਾ ਕਿੱਥੇ ਹੈ? ਕਹਿਣ ਲੱਗੀ, ਬੇਟਾ ਆ ਤੂੰ ਪਿਤਾ ਜੀ ਬੈਠੇ ਨੇ, ਇਹਨਾਂ ਨੂੰ ਪਿਤਾ ਕਹਿਣਾ? ਕਹਿੰਦੇ ਨਹੀਂ, ਮੇਰਾ ਪਿਤਾ ਦੱਸ ਕੌਣ ਹੈ? ਉਹ ਆਖਣ ਲੱਗੀ, ਬੇਟਾ ਇਹ ਦਰਅਸਲ ਵਿੱਚ ਮੇਰਾ ਪਿਤਾ ਹੈ, ਤੇਰੇ ਪਿਤਾ ਨੂੰ ਤਾਂ ਮਹਾਰਾਜੇ ਜਨਕ ਨੇ, ਉਹ ਇੱਕ ਸਵਾਲ ਕਰਦਾ ਬਈ ਜੇ ਸੱਚਾ ਜਾਂ ਬਹੁਤ ਸੱਚਾ, ਉਹਦਾ ਕੋਈ ਉੱਤਰ ਨਹੀਂ ਦੇ ਸਕਿਆ। ਉਹਨੇ ਕੈਦ ਕੀਤਾ, 88,000 ਮੁਨੀ ਕੈਦ ਕੀਤੇ ਨੇ, ਮਨੀਸ਼ਵਰ ਲੋਕ ਵਿਦਵਾਨ, ਕਿਸੇ ਤੋਂ ਉਹਦਾ ਸਵਾਲ ਹੱਲ ਨਹੀਂ ਹੋਇਆ। ਆਖਣ ਲੱਗੇ, ਫਿਰ ਮੈਂ ਜਾਊਂ। ਕਹਿੰਦੀ, ਬੇਟਾ ਉੱਥੇ ਐਡੇ ਐਡੇ ਭਾਰੇ ਵਿਦਵਾਨ ਬੈਠੇ ਨੇ, ਮਾਤਾ ਜਿੱਥੇ ਵਿਦਵਤਾ ਖਤਮ ਹੁੰਦੀ ਹੈ, ਜਿੱਥੇ ਅਸੀਂ ਆਮ ਕਹਿ ਦਿੰਦੇ ਹਾਂ ਇਹ ਵੇਦਾਂਤੀਆਂ ਦੀ ਵੀ ਸਭਾ ਲੱਗਦੀ ਹੈ, ਉਹਦਾ ਅਰਥ ਹੈ ਵੇਦਾਂ ਦਾ ਅੰਤ ਹੋ ਜਾਣਾ, ਵੀ ਵੇਦ ਪੜ੍ਹਨ ਦੀ ਲੋੜ ਨਾ ਰਹਿਣੀ, ਉਹਨਾਂ ਦਾ ਆਪਣਾ ਹੀ ਜੀਵਨ ਇੱਕ ਗ੍ਰੰਥ ਬਣ ਜਾਂਦਾ ਵੇਦਾਂਤ, ਵੇਦਾਂ ਦਾ ਅੰਤ। ਉਹਨਾਂ ਨੇ ਫਿਰ ਏਕ ਅੱਖਰ ਵੇਦ ਪ੍ਰਾਣ ਸਿਮਰਤ ਅਰ ਸ਼ਾਸਤਰ ਇਨ ਪੜਿਆ ਮੁਕਤ ਨਾ ਹੋਈ, ਇਹਨਾਂ ਨੂੰ ਪੜ੍ਹ ਕੇ ਮਹਾਰਾਜ ਕਹਿੰਦੇ ਮੁਕਤੀ ਨਹੀਂ ਹੋਣੀ। ਏਕ ਅੱਖਰ ਜਿਹੜਾ ਖਰਦਾ ਨਹੀਂ ਹੈ, ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ, ਉਹ ਅੱਖਰ ਕਿਹੜਾ ਹੈ? ਉਹ ਵਾਹਿਗੁਰੂ ਸ਼ਬਦ ਹੈ, ਜਿਹਨੇ ਉਹ ਜਪਿਆ
ਉਹ ਪਰਮੇਸ਼ਵਰ ਦਾ ਨਾਮ ਇੰਨਾ ਪੁੰਨ ਇੰਨਾ ਮਹਾਤਮ ਹੈ। ਬੜੇ ਰਿਸ਼ੀ ਇਕੱਠੇ ਹੋਏ, ਆਖਣ ਲੱਗੇ ਵੀ ਕਲਯੁਗ ਆ ਰਿਹਾ, ਆਪਾਂ ਵੇਦ ਵਿਆਸ ਜੀ ਕੋਲ ਚੱਲੀਏ, ਪੁੱਛੀਏ ਉਹਨਾਂ ਨੂੰ। ਵੇਦ ਵਿਆਸ ਜੀ ਕੋਲ ਚਲੇ ਗਏ, ਮਹਾਰਾਜ ਇਹ ਗੱਲ ਪੁੱਛਣੀ ਹੈ ਅਸੀਂ ਵੀ ਕਲਯੁਗ ਆ ਰਿਹਾ, ਕੀ ਉਪਾਅ ਕਰੀਏ। ਅੱਗੇ ਵੇਦ ਵਿਆਸ ਜੀ ਗੰਗਾ ਜੀ ਇਸ਼ਨਾਨ ਕਰ ਰਹੇ ਨੇ, ਜਦ ਚੁੱਭੀ ਮਾਰੀ, ਚੁੱਭੀ ਮਾਰ ਕੇ ਸੂਰਜ ਗਨੀ ਮੁੱਖ ਕਰਕੇ ਕਹਿੰਦੇ ਨੇ ਧੰਨ ਕਲਯੁਗ, ਧੰਨ ਕਲਯੁਗ, ਧੰਨ ਕਲਯੁਗ। ਇਹ ਰਿਸ਼ੀ ਹੈਰਾਨ ਹੋਏ ਸਾਰੇ ਵੀ ਕਲਯੁਗ ਨੂੰ ਧੰਨ। ਕਲਯੁਗ ਤੋਂ ਤਾਂ ਸਿੱਧ ਲੋਕ ਡਰਦੇ, ਉਹ ਪਰਬਤਾਂ ਦੀਆਂ ਕੰਦਰਾਂ ਦੇ ਅੰਦਰ ਜਾ ਬੈਠੇ। ਸਿੱਧ ਲੁਕ ਗਏ ਪਰਬਤੀ ਜਾ ਕੇ, ਡਰਦੇ ਬਈ ਕਲਯੁਗ ਤੋਂ। ਸਿੱਧ ਲੁਕ ਗਏ ਪਰਬਤੀ ਜਾ ਕੇ, ਡਰਦੇ ਜੀ ਕਲਯੁਗ ਤੋਂ। ਕਲਯੁਗ ਤੋਂ ਮੇਰੇ ਪਿਆਰੇ, ਡਰਦੇ ਤਾਂ ਕਲਯੁਗ ਤੋਂ। ਡਰਦੇ ਤਾਂ ਕਲਯੁਗ ਤੋਂ, ਸਿੱਧ ਲੁਕ ਗਏ ਪਰਬਤੀ ਜਾ ਕੇ, ਡਰਦੇ ਤਾਂ ਕਲਯੁਗ ਤੋਂ। ਸਿੱਧ ਲੋਕ ਜਿਨ੍ਹਾਂ ਨੇ ਇੰਨੀਆਂ ਤਾਕਤਾਂ ਆਕਾਸ਼ ਵਿੱਚ ਉੱਡ ਜਾਣਾ, ਕੋਈ ਮਖੌਲ ਨਹੀਂ ਹੈ ਆਕਾਸ਼ ਦੇ ਅੰਦਰ। ਮੈਂ ਇਹ ਨਹੀਂ ਕਹਿੰਦਾ ਵੀ ਇਹ ਪਰਮ ਪਦ ਹੈ, ਪਰ ਕੋਈ ਛੋਟੀ ਤਾਕਤ ਨਹੀਂ ਹੈ ਵੀ ਆਕਾਸ਼ ਦੇ ਵਿੱਚ ਉੱਡ ਜਾਣਾ। ਪੜੋ ਜਨਮ ਸਾਖੀ,
ਕਿਵੇਂ ਉੱਡ ਗਏ, ਕੋਈ ਰਬਾਬ ਲੈ ਕੇ ਉੱਡ ਗਿਆ ਕੋਈ, ਤੋ ਉਹ ਵੀ ਡਰਦੇ ਮਾਰੇ ਕਲਯੁਗ ਤੋਂ ਚਲੇ ਗਏ। ਜਦ ਵੇਦ ਵਿਆਸ ਜੀ ਇਸ਼ਨਾਨ ਕਰਕੇ ਆਏ, ਮਹਾਰਾਜ ਕਿਰਪਾ ਕਰੋ, ਅਸੀਂ ਤਾਂ ਕਲਯੁਗ ਦਾ ਕੋਈ ਅਪਾ ਪੁੱਛਣ ਵਾਸਤੇ ਆਏ, ਆਪ ਕਹਿੰਦੇ ਹੋ ਧੰਨ ਕਲਯੁਗ ਧੰਨ ਕਲਯੁਗ। ਕਹਿੰਦੇ ਰਿਸ਼ੀਓ ਠੀਕ ਹੈ, ਕਲਾ ਕਲੇਸ਼ ਕਲਪਨਾ ਦਾ ਯੁਗ ਹੈ, ਪਰ ਇਹਦੇ ਅੰਦਰ ਨਾਮ ਦਾ ਮਹਾਤਮ ਬਹੁਤ ਹੈ। ਕਿੰਨਾ ਸਤਯੁਗ ਦੇ ਵੇਲੇ ਕੋਈ 12 ਸਾਲ ਤਪ ਕਰਦਾ, 12 ਸਾਲ ਜਿੰਨਾ ਉਹਨੂੰ ਫਲ ਮਿਲਦਾ, ਤ੍ਰੇਤੇ ਯੁਗ ਦੇ ਅੰਦਰ ਆ ਕੇ ਕੋਈ 12 ਮਹੀਨੇ ਕਰਦਾ, ਫਿਰ ਆ ਗਿਆ ਕਹਿੰਦੇ ਦੁਆਪਰ ਯੁਗ, ਦੁਆਪਰ ਚ ਕੋਈ 1 ਮਹੀਨਾ ਕਰਦਾ। ਪਰ ਇਹ ਕਲਯੁਗ ਐਸੀ